is. Raju? Vaheguru Ji Ka Khalsa, Vaheguru Ji Ki Fateh. Aaj Sathya Paatshah Ji Mere Naal Jane Ki Asi Dusri Vari Live Hoye Hain Ji. ਅੱਜ ਇਹ ਵੀਰ ਸਾਡੇ ਕੋਲ ਜਿਹੜਾ ਤੁਸੀਂ ਦੇਖ ਰਹੇ ਹੋ ਖਾਣਾ ਖਾ ਰਿਹਾ ਇੱਕ ਛੋਟਾ ਜਿਹਾ ਜਵਾਕ ਹੈ ਜੀ ਇਹ ਜਿਹੜੀ ਜ਼ਿਆਦਾ ਉਮਰ ਨਹੀਂ ਲੱਗਦੀ ਮੈਨੂੰ ਲੱਗਦਾ 15-16 ਸਾਲ ਦੀ ਉਮਰ ਹੈ ਇਹਦੀ ਹਾਂ ਵੀ ਰਾਜੂ ਠੀਕ ਆ ਇਹਦਾ ਨਾਮ ਰਾਜੂ ਦੱਸਦਾ ਇਹ ਵੀਰ ਆ ਦਵਿੰਦਰ ਵੀਰ ਆ ਇਹਨਾਂ ਦਾ ਵੀਰ ਦਾ ਨਾਮ ਜਸਵਿੰਦਰ ਅਤੇ ਸਨੀ ਵੀਰ ਆ ਅਤੇ ਬਲਜੀਤ ਇਹ ਚਾਰੋ ਵੀਰ ਇਹਨੂੰ ਰੋਪੜ ਤੋਂ ਲੈ ਕੇ ਆਏ ਆ ਇਸ ਜਵਾਕ ਨੂੰ ਇਹਦੇ ਸਿਰ ਦੇ ਵਿੱਚ ਤੇ ਵੀਰਾਂ ਨੇ ਦੱਸਿਆ ਵੀ ਸੱਟ ਲੱਗੀ ਹੋਈ ਆ ਟਾਂਕੇ ਲੱਗੇ ਹੋਏ ਆ ਸਿਰ ਦੇ ਵਿੱਚ ਲਾਈਟ ਮਾਰ ਆ ਦੇਖੋ ਇੱਥੇ ਸਿਰ ਦੇ ਵਿੱਚ ਟਾਂਕੇ ਲੱਗੇ ਹੋਏ ਆ ਟਾਂਕੇ ਵੀ ਹਜੇ ਕਟਾਉਣ ਵਾਲੇ ਪੈਰ ਦੇ ਉੱਪਰ ਵੀ ਸੱਟ ਆ ਪੈਰ ਦੇ ਵਿੱਚ ਵੀ ਟਾਂਕੇ ਲੱਗੇ ਹੋਏ ਆ ਇਹ ਬੱਚਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਮੰਦ ਬੁੱਧੀ ਬੱਚੇ ਹੁੰਦੇ ਜਿਵੇਂ ਕਈ ਬੱਚੇ ਬਚਪਨ ਤੋਂ ਹੀ ਇੱਦਾਂ ਹੁੰਦੇ ਆ ਹਨਾ ਕਿਵੇਂ ਉਸ ਤਰ੍ਹਾਂ ਦਾ ਹੈਗਾ ਬੱਚਾ ਇਹ ਅਤੇ ਇਹ ਪਹਿਲਾਂ ਦੱਸਦੇ ਸੀ ਵੀਰ ਵੀ ਕੁਛ ਬੋਲਦਾ ਨਹੀਂ ਸੀਗਾ ਬੜੀ ਮਾੜੀ ਹਾਲਤ 'ਚ ਬੈਠਾ ਸੀ ਤੁਹਾਡੇ ਨਾਲ ਫੋਟੋ ਵਗੈਰਾ ਸ਼ੇਅਰ ਕਰਾਂਗੇ ਜੀ ਅਸੀਂ ਅਤੇ ਵੀਡੀਓ ਜਿਹੜੀਆਂ ਵੀਰਾਂ ਨੇ ਜਿੱਥੋਂ ਚੱਕਿਆ ਇਹਨੂੰ ਜਿਸ ਹਾਲਾਤ 'ਚ ਪਿਆ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਅਤੇ ਪੇਜ 'ਤੇ ਅਸੀਂ ਸ਼ੇਅਰ ਕਰਾਂਗੇ ਬਹੁਤ ਮਾੜੀ ਹਾਲਤ 'ਚ ਬੈਠਾ ਸੀ ਇਹ ਅਤੇ ਕੰਡੀਸ਼ਨ ਇਹਦੀ ਬਹੁਤ ਮਾੜੀ ਸੀਗੀ ਇਹਨਾਂ ਨੇ ਵੀਰਾਂ ਨੇ ਅੱਜ ਦਵਿੰਦਰ ਵੀਰ ਨੇ ਮੈਨੂੰ ਕੱਲ੍ਹ ਫੋਨ ਕਰਕੇ ਦੱਸਿਆ ਤਾਂ ਜਦੋਂ ਇਹਨਾਂ ਦੀਆਂ ਫੋਟੋਆਂ ਭੇਜੀਆਂ ਤਾਂ ਬੜਾ ਦੇਖ ਕੇ ਮਨ ਦੁਖੀ ਹੋਇਆ ਵੀ ਇੱਕ ਇਨਸਾਨ ਦੇ ਨਾਲ ਆਹ ਹਾਲਾਤਾਂ ਦੇ ਵਿੱਚ ਇਨਸਾਨ ਬੈਠਾ ਉਹਦੇ ਨਾਲ ਆਹ ਕੁਛ ਹੋ ਰਿਹਾ ਕੋਈ ਕੋਈ ਉਹਨੂੰ ਕੇਅਰ ਟੇਕ ਕਰਨ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਕੋਈ ਸੰਸਥਾ ਕੋਈ ਤਾਂ ਪਾਰਟੀ ਕੋਈ ਉਹ ਨੁਮਾਇੰਦਾ ਇਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਮਿਲਿਆ ਬੜੀ ਮਾੜੀ ਹਾਲਤ ਸੀਗਾ ਵੀਰ ਇਹ ਅਤੇ ਇਹਨਾਂ ਨੇ ਚੱਕਿਆ ਸਿਵਲ ਹਸਪਤਾਲ ਉੱਥੇ ਦਾਖਲ ਵੀ ਕਰਵਾਇਆ ਉੱਥੋਂ ਇਲਾਜ ਵੀ ਕਰਵਾਇਆ ਉਹਨਾਂ ਨੇ ਦੱਸਿਆ ਵੀ ਇਹ ਵੀਰ ਪਹਿਲਾਂ ਵੀ ਸਿਵਲ ਹਸਪਤਾਲ ਦਾਖਲ ਸੀ ਇੱਕ 108 ਐਂਬੂਲੈਂਸ ਵਾਲਾ ਨੇ ਐਡਮਿਟ ਕਰਵਾਇਆ ਸੀ ਇਹਨੂੰ ਪਰ ਉੱਥੋਂ ਭੱਜ ਗਿਆ ਸੀ ਹੋਸਪਿਟਲ 'ਚੋਂ ਇਹ ਦੱਸਦੇ ਆ ਵੀ ਇਹਦਾ ਪਰਿਵਾਰ ਬਾਰੇ ਜਾਂ ਇਹਦੇ ਬਾਰੇ 'ਚ ਕੁਛ ਨਹੀਂ ਪਤਾ ਕਿਸੇ ਨੂੰ ਅਤੇ ਵੀਰ ਪਹਿਲਾਂ ਤਾਂ ਸਾਨੂੰ ਦੱਸਦੇ ਸੀਗੇ ਕੱਲ੍ਹ ਵੀ ਇਹ ਅੱਜ ਵੀ ਗੱਲ ਹੋਈ ਆ ਵੀ ਬੋਲਦਾ ਨਹੀਂ ਸੀ ਕੁਛ ਵੀ ਇਹ ਹੋਰ ਹੀ ਕੁਛ ਬੋਲਦਾ ਸੀ ਜੋ ਸਮਝ ਨਹੀਂ ਆਉਂਦਾ ਸੀ ਕਿਸੇ ਨੂੰ ਅਤੇ ਪਰ ਹੁਣ ਜਿਵੇਂ ਇੱਥੇ ਆਏ ਹਾਂ ਵੀਰਾਂ ਨੇ ਵੀ ਦੱਸਿਆ ਇਹ ਪਤਾ ਨਹੀਂ ਤਾਂ ਸਾਡੇ ਨਾਲ ਕੋ ਇੰਸੀਡੈਂਟ ਹੁੰਦਾ ਜਾਂ ਕੀ ਹੈਗਾ ਅਤੇ ਅੱਜ ਵੀ ਇੱਥੇ ਵੀਰ ਨੇ ਆ ਕੇ ਆਪਣਾ ਨਾਮ ਵੀ ਦੱਸਿਆ ਵੀ ਇਹ ਲੱਲੂ ਕਹਿ ਰਿਹਾ ਨਾ ਵੈਸੇ ਰਾਜੂ ਵੀ ਕਹਿ ਰਿਹਾ ਇੱਥੇ ਸਾਡੇ ਕਾਫੀ ਪੰਜਾਬੀ ਦੇ ਵਿੱਚ ਗੱਲ ਕਰ ਰਿਹਾ ਰੋਟੀ ਖਾਣੀ ਆ ਰੋਟੀ ਖਾਧੀ ਆ ਹੁਣੇ ਪ੍ਰਸ਼ਾਦਾ ਛੱਕ ਕੇ ਹਟਿਆ ਵੀਰ ਇਹ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਇਹਦੇ 'ਤੇ ਠੀਕ ਹੋ ਜਾਵੇ ਅਤੇ ਕਿਹੜੀ ਸ਼ਕਲ ਤੁਸੀਂ ਵੀਰ ਬਣ ਕੇ ਥੋੜ੍ਹਾ ਨੇੜਿਓਂ ਦਿਖਾ ਦੇਖੋ ਅਸੀਂ ਵੀਰਾਂ ਭੈਣਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਇਹਨੂੰ ਜੇ ਕੋਈ ਵੀਰ ਪਛਾਣਦਾ ਜਾਂ ਕੋਈ ਪਰਿਵਾਰਕ ਮੈਂਬਰ ਦੇਖਦਾ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਹੋਰ ਪਿੰਡ ਦਾ ਬੰਦਾ ਜਾਂ ਸ਼ਹਿਰ ਦਾ ਕੋਈ ਵਾਸੀ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਅਤੇ ਇਹ ਵੀਰ ਦਵਿੰਦਰ ਹੁਣੀ ਜਸਵਿੰਦਰ ਸਨੀ ਅਤੇ ਵੀਰ ਬਲਜੀਤ ਇਹ ਲੈ ਕੇ ਆਏ ਆ ਇਹਨਾਂ ਦਾ ਬੜਾ ਵੱਡਾ ਉਪਰਾਲਾ ਜੀ ਇਹ ਰੋਪੜ ਸ਼ਹਿਰ ਤੋਂ ਲੈ ਕੇ ਆਇਆ ਵੀਰ ਨੂੰ ਅੱਜ ਮੌਸਮ ਵੀ ਕਾਫੀ ਖਰਾਬ ਸੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਅਤੇ ਇੱਕ ਬੱਚੇ ਦੀ ਹਾਲਤ ਕਾਫੀ ਮਾੜੀ ਸੱਟਾਂ ਲੱਗੀਆਂ ਹੋਈਆਂ ਕਾਫੀ ਸਰੀਰ ਦੇ ਉੱਪਰ ਇਹ ਦੱਸਦੇ ਆ ਚੂੜੇ ਦੇ ਉੱਪਰ ਵੀ ਪਿੱਛੇ ਬੈਕ 'ਤੇ ਝਰੀਟਾਂ ਲੱਗੀਆਂ ਸੱਟਾਂ ਲੱਗੀਆਂ ਛੋਟੀਆਂ ਛੋਟੀਆਂ ਪੈਰ ਦੇ ਉੱਪਰ ਵੀ ਟਾਂਕੇ ਲੱਗੇ ਹੋਏ ਪੈਰ ਦੇ ਉੱਪਰ ਵੀ ਟਾਂਕੇ ਲੱਗੇ ਹੋਏ ਆ ਅਤੇ ਸਿਰ ਦੇ ਵਿੱਚ ਵੀ ਟਾਂਕੇ ਲੱਗੇ ਹੋਏ ਆ ਕੋਈ ਸੱਟ ਲੱਗੀ ਜਾਂ ਐਕਸੀਡੈਂਟ ਹੋਇਆ ਕੀ ਹੋਇਆ ਇਹਦੇ ਬਾਰੇ 'ਚ ਪਤਾ ਨਹੀਂ ਕੁਛ ਵੀ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਕੋਈ ਵੀਰ ਭੈਣ ਇਹਨੂੰ ਪਛਾਣ ਲਵੇ ਆਪਦਾ ਪਰਿਵਾਰ ਦੇ ਵਿੱਚ ਪਹੁੰਚ ਸਕੇ ਜੀ ਕਿਉਂਕਿ ਮੈਂਟਲੀ ਥੋੜ੍ਹੀ ਪ੍ਰੋਬਲਮ ਹੋਣ ਕਰਕੇ ਪ੍ਰੋਪਰ ਦੱਸ ਨਹੀਂ ਪਾ ਰਿਹਾ ਹਜੇ ਸ਼ਾਇਦ ਕੱਲ੍ਹ ਤੱਕਰ ਜਾਂ ਥੋੜ੍ਹਾ ਠੀਕ ਹੋਣ ਤੋਂ ਬਾਅਦ ਇਹ ਦੱਸ ਵੀ ਸਕੇ ਵੀ ਕੌਣ ਆ ਕਿੱਥੋਂ ਆਇਆ ਇਹ ਵੀਰ ਅਤੇ ਅਸੀਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਹਨੂੰ ਵੀਰ ਨੂੰ ਲੈ ਕੇ ਆਇਆ ਐਡੀ ਦੂਰੋਂ ਉਪਰਾਲਾ ਕੀਤਾ ਇਹ ਅਤੇ ਹੁਣ ਸਾਡੀ ਸੰਸਥਾ ਦੇ ਇਹ ਵੀਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਸੀਂ ਸੇਵਾ ਕਰਾਂਗੇ ਵੀਰ ਦਾ ਇਲਾਜ ਜੋ ਵੀ ਬਣਦਾ ਕਰਵਾਵਾਂਗੇ ਜੀ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਪਰਿਵਾਰ ਦੇ ਵਿੱਚ ਪਹੁੰਚ ਸਕੇ ਆਪਦੀ ਜਿਹੜੀ ਬਣਦੀ ਜ਼ਿੰਦਗੀ ਆ ਉਹ ਜਿਉਂ ਸਕੇ ਜੀ ਅਤੇ ਤੁਸੀਂ ਵੀ ਸਾਰੇ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇਹ ਉਸ ਹੱਥਾਂ ਦੇ ਵਿੱਚ ਪੋਸਟ ਪਹੁੰਚ ਸਕੇ ਉਸ ਫੋਨ ਦੇ ਵਿੱਚ ਪਹੁੰਚ ਸਕੇ ਜਿਹੜਾ ਕਿ ਇਹਨੂੰ ਪਛਾਣਦਾ ਹੋਵੇ ਵੀਰ ਨੂੰ ਕੋਈ ਅਤੇ ਅਸੀਂ ਇਹ ਬੇਨਤੀ ਕਰਦੇ ਹਾਂ ਹੱਥ ਬੰਨ ਕੇ ਅਤੇ ਸਾਡਾ ਨੰਬਰ ਜਿਵੇਂ ਜਾਣਦੇ ਹੋ ਤੁਸੀਂ 97803000071 ਨੰਬਰ ਆ ਜੀ ਸਾਡਾ ਉਹਦੇ 'ਤੇ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਅਤੇ ਪੇਜ ਸਾਡਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਫੇਸਬੁੱਕ 'ਤੇ ਚੱਲਦਾ ਤੁਸੀਂ ਜਦ ਐਨੀ ਟਾਈਮ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਜੀ ਅਤੇ ਇਹ ਵੀਰਾਂ ਦਾ ਅਸੀਂ ਫਿਰ ਦੁਬਾਰਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਹੜਾ ਵੀਰਾਂ ਨੇ ਉਪਰਾਲਾ ਕੀਤਾ ਇਹਨੂੰ ਇੱਥੇ ਲੈ ਕੇ ਆਉਣ ਦਾ ਵੀਰ ਨੂੰ ਅਤੇ ਅਸੀਂ ਇੰਨੀ ਜਾਣਕਾਰੀ ਦੇਣੀ ਸੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਜੂ ਇੰਦਰ ਦੇਖੋ